ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ ਜਰਨੈਲ ਸਿੰਘ ਕਾਫੀ ਥੱਕਿਆ ਟੁੱਟਿਆ ਪਿਆ ਸੀ ਪਰ ਮਜਬੂਰੀ ਸੀ ਰੁਕਵੀ ਨਹੀਂ ਸੀ ਸਕਦਾ ਉਸ ਦੇ ਹੱਥਾਂ ਵਿੱਚ ਇੱਕ ਵੱਡਾ ਝੋਲਾ ਸੀ ਜਿਸ ਵਿੱਚ ਇੱਕ ਫਾਈਲ ਕੁਝ ਫੋਟੋਸਟੇਟਾਂ ਤੇ ਇੱਕ ਪੈਨ ਸੀ ਅੱਜ ਗਰਮੀ ਵੀ ਬਹੁਤ ਸੀ ਮੋਬਾਈਲਾਂ ਉੱਪਰ ਪਾਰਾ 44 ਡਿਗਰੀ ਦਿਖਾ ਰਿਹਾ ਸੀ ਉਸ ਨੂੰ ਬਹੁਤ ਪਿਆਸ ਲੱਗੀ ਹੋਈ ਸੀ ਪਰ ਹਰ ਪਾਸੇ ਦੇਖਣ ਦੇ ਬਾਅਦ ਵੀ ਕਿਤੇ ਪਾਣੀ ਨਹੀਂ ਲਿਖਿਆ ਸਾਹਮਣੇ ਬਸ ਇੱਕ ਗੰਨੇ ਦੇ ਜੂਸ ਦੀ ਰੇੜੀ ਸੀ ਉਹ ਸੋਚਣ ਲੱਗਾ ਜੇ ਉਹ ਮੈਨੂੰ ਨਾ ਲੁੱਟਦਾ ਮੇਰੇ ਤੋਂ ੱੱਕੇ ਨਾਲ ਰਿਸ਼ਵਤ ਨਾ ਲੈਂਦਾ ਤਾਂ ਮੈਂ ਜੂਸ ਦਾ ਇੱਕ ਗਲਾਸ ਹੀ ਪੀ ਲੈਂਦਾ ਬੇਸਬਰੇ ਨੇ ਮੰਗਿਆ ਵੀ ਤਾਂ ਪੂਰਾ 500 ਜੇ ਲੈਣਾ ਸੀ ਤਾਂ 100 ਲੈ ਲੈਂਦਾ ਘਟੀਆ ਬੰਦਾ ਜਨੈਲ ਸਿੰਘ ਆਪਣੇ ਮਨ ਵਿੱਚ ਉਸ ਅਫਸਰ ਨੂੰ ਗਾਲਾਂ ਕੱਢ ਰਿਹਾ ਸੀ ਜਿਸ ਨੂੰ ਉਹ ਹੁਣੇ-ਹੁਣੇ ਮਿਲ ਕੇ ਆਇਆ ਸੀ ਉਸ ਦੀ ਜੇਬ ਵਿੱਚ ਰੁਪਏ ਤਾਂ ਅਜੇ ਵੀ 400 ਬਚੇ ਹੋਏ ਸੀ ਪਰ ਪਿੰਡ ਨੂੰ ਵਾਪਸ ਜਾਣ ਦੇ ਕਿਰਾਏ ਅਤੇ ਅਗਲੇ ਅਫਸਰ ਜਿਸ ਨੂੰ ਹੁਣ ਮਿਲਣਾ ਉਸ ਬਾਰੇ ਸੋਚ ਕੇ ਉਸ ਦੀ ਖਰਚਣ ਦੀ ਹਿੰਮਤ ਨਹੀਂ ਸੀ ਪੈ ਰਹੀ ਉਹ ਸੋਚ ਰਿਹਾ ਸੀ ਜਿਵੇਂ ਪਿਛਲੇ ਅਫਸਰ ਨੇ ਵੱਡੀ ਮੰਗ ਲਈ ਜੇ ਉਸੇ ਤਰ੍ਹਾਂ ਹੁਣ ਇਸ ਨੇ ਵੀ ਵੱਡੀ ਮੰਗ ਲਈ ਫਿਰ ਕਿੱਥੋਂ ਦੇਵਾਂਗਾ ਇਨਾ ਹੀ ਖਿਆਲਾਂ ਦੀ ਉਦੇੜ ਬੋਨ ਵਿੱਚ ਸੀ ਉਸੇ ਵਕਤ ਬੱਸ ਆ ਗਈ ਉਹ ਬੱਸ ਵਿੱਚ ਚੜਿਆ ਤੇ ਖਾਲੀ ਵੀ ਸੀਟ ਤੇ ਬੈਠ ਗਿਆ ਤੇ ਨਾਲ ਵਾਲੇ ਨੂੰ ਆਖਣ ਲੱਗਾ ਹਨੇਰ ਹੈ ਭਾਈ ਸਾਹਿਬ ਕਲਯੁਗ ਦਾ ਇਨਾ ਅਸਰ ਹੈ ਕਿ ਬੰਦਿਆਂ ਦਾ ਸਬਰ ਹਿੱਲਿਆ ਪਿਆ ਹੈ 50-50000 ਤਨਕਾ ਹਣੇ ਫਿਰ ਵੀ ਵੱਡੀ ਮੰਗਨ ਲਈ ਹੱਥ ਅਡਣ ਲੱਗੇ ਸ਼ਰਮ ਨਹੀਂ ਖਾਂਦੇ ਉਹ ਕਾਫੀ ਸਮਾਂ ਆਪਣੇ ਅੰਦਰ ਵਾਲਾ ਗੁਬਗਵਾਟ ਕੱਢਦਾ ਰਿਹਾ ਨਾਲ ਦੀ ਨਾਲ ਸ਼ੀਸ਼ੇ ਥਾਣੀ ਬਾਹਰ ਦੇਖਦਾ ਰਹਿੰਦਾ ਤਾਂ ਕਿ ਕਿਤੇ ਸ਼ਬੀਲ ਹੀ ਮਿਲ ਜਾਵੇ ਤੇ ਉਸਦੀ ਪਿਆਸ ਵੀ बुਝ ਜਾਵੇ ਪਰ ਸ਼ਾਇਦ ਅੱਜ ਉਸ ਦਾ ਦਿਨ ਹੀ ਸਖਤ ਚੱਲ ਰਿਹਾ ਸੀ ਕਿਤੇ ਵੀ ਸ਼ਬੀਲ ਨਹੀਂ ਆਈ ਤੇ 2 ਘੰਟੇ ਦੇ ਸਫ਼ਰ ਬਾਅਦ ਉਹ ਆਪਣੀ ਮੰਜ਼ਿਲ ਤੇ ਪਹੁੰਚ ਗਿਆ ਜਿਵੇਂ ਜਿਵੇਂ ਉਹ ਅੰਦਰ ਜਾ ਰਿਹਾ ਸੀ ਓਵੇਂ ਓਵੇਂ ਮਨ ਵਿੱਚ ਗਾਲ੍ਹਾਂ ਕੱਢਦਾ ਜਾ ਰਿਹਾ ਸੀ ਆ ਹੁਣ ਫੇਰ ਅਫਸਰ ਦੇ ਪੇਚ 'ਚ ਇੱਕ ਹੋਰ ਜੋਕ ਮਿਲ ਜੂ ਮੈਨੂੰ ਗਰੀਬ ਨੂੰ ਚੂਸਣ ਲਈ ਲਾਲਚ ਦੇ ਭੁੱਖੇ ਇਹ ਕੁੱਤੇ ਕਿਸੇ ਦੀ ਮਜਬੂਰੀ ਤਕਲੀਫ ਤੇ ਵੀ ਤਰਸ ਨਹੀਂ ਖਾਂਦੇ ਤੁਰਦੇ ਤੁਰਦੇ ਉਹ ਅਫਸਰ ਦੇ ਦਫ਼ਤਰ ਦੇ ਬਾਹਰ ਬੈਠਣ ਹੀ ਲੱਗਾ ਸੀ ਕਿ ਚਪੜਾਸੀ ਨੇ ਰੋਬ ਨਾਲ ਕਿਹਾ ਮਿਲਣਾ ਹੈ ਤਾਂ ਸੁਣੋ ਹੁਣੇ ਚੱਲ ਜਾ ਅੰਦਰ ਫਿਰ ਸਾਹਿਬ ਨੇ ਜਾਣਾ ਹੈ ਕਿਤੇ ਨਹੀਂ ਫਿਰ ਤੈਨੂੰ ਕੱਲ ਨੂੰ ਫੇਰ ਆਉਣਾ ਪਵੇਗਾ ਇਹਨਾਂ ਨੂੰ ਦੂਜਿਆਂ ਦੇ ਟਾਈਮ ਦੀ ਭੋਰਾ ਕਦਰ ਨਹੀਂ ਬਸ ਜਦੋਂ ਮਨ ਕਰਦਾ ਹੈ ਅੱਧੀ ਛੁੱਟੀ ਲੈਂਦੇ ਨੇ ਤੇ ਘਰ ਚਲੇ ਜਾਂਦੇ ਨੇ ਲੈ ਜੇ ਭੋਰਾ ਹੋਰ ਲੇਟ ਹੋ ਜਾਂਦਾ ਤਾਂ ਸਾਰਾ ਕੰਮ ਫੇਰ ਕੱਲ ਤੇ ਗਿਆ ਸੀ ਜਰਨੈਲ ਸਿੰਘ ਆਪਣੇ ਹੀ ਮਨ ਵਿੱਚ ਖੁਦ ਨਾਲ ਹੀ ਗੱਲਾਂ ਕਰੀ ਜਾ ਰਿਹਾ ਸੀ ਉਹ ਜਾ ਤੁਰ ਜਾ ਹੁਣ ਅੰਦਰ ਕਿਹੜੀਆਂ ਸੋਚਾਂ ਚ ਪੈ ਗਿਆ ਚਪੜਾਸੀ ਨੇ ਫਿਰ ਦੋਬ ਨਾਲ ਕਿਹਾ ਉਹਦੀਆਂ ਸੋਚਾਂ ਦੀ ਲੜੀ ਟੁੱਟੀ ਤੇ ਉਹ ਅੰਦਰ ਚਲਾ ਗਿਆ ਅੰਦਰ ਇੱਕ ਨੌਜਵਾਨ ਅਫਸਰ ਬੈਠਾ ਸੀ ਸਿਰ ਤੇ ਪੋਚਵੀ ਪੱਗ ਬੰਨੀ ਹੋਈ ਸੀ ਖੁੱਲੀ ਦਾੜੀ ਸੀ ਤੇ ਚਿਹਰੇ ਤੇ ਵੱਖਰਾ ਹੀ ਨੂਰ ਸੀ ਸੋਹਣੇ ਕੱਪੜੇ ਪਾਈ ਪੂਰਾ ਜੱਚ ਰਿਹਾ ਸੀ ਅੰਦਰ ਜਾ ਕੇ ਜਰਨੈਲ ਸਿੰਘ ਨੇ ਦੋਵੇਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾਈ ਅਤੇ ਆਪਣੀ ਬੇਨਤੀ ਕਰਨ ਲੱਗਾ ਸਾਬ ਜੀ ਮੇਰੀ ਧੀ ਦੇ ਗੁਰਦਾ ਪੈਣ ਵਾਲਾ ਹੈ ਉਹਦੇ ਦੋ ਛੋਟੇ ਛੋਟੇ ਜਵਾਗ ਨੇ ਪਿਛਲੇ 3 ਮਹੀਨਿਆਂ ਤੋਂ ਦਫ਼ਤਰਾਂ ਦੇ ਗੇੜੇ ਕੱਢ ਰਿਹਾ ਹਾਂ ਇਜਾਜ਼ਤ ਲੈਣ ਲਈ ਮੈਂ ਮੇਰਾ ਹੀ ਗੁਰਦਾ ਦੇਣਾ ਹੈ ਉਸ ਨੂੰ ਅਸੀਂ ਕਿਤੋਂ ਮੁੱਲ ਨਹੀਂ ਲੈ ਰਹੇ ਪਰ ਫੇਰ ਵੀ ਪਿਛਲੇ 3 ਮਹੀਨਿਆਂ ਤੋਂ ਦਫ਼ਤਰਾਂ 'ਚ ਤੱਕੇ ਖਾ ਰਹੇ ਹਾਂ ਇਸੇ ਦੇਰੀ ਕਰਕੇ ਮੇਰੀ ਧੀ ਦੀ ਸਿਹਤ ਹੋਰ ਵੀ ਖਰਾਬ ਹੋਈ ਜਾਂਦੀ ਹੈ ਜੇ ਤੁਸੀਂ ਭੋਲਾ ਰਹਿਮ ਕਰੋ ਤਾਂ ਛੋਟੇ-ਛੋਟੇ ਬੱਚਿਆਂ ਦੀ ماں ਬਚ ਸਕਦੀ ਹੈ। ਬਾਪੂ ਜੀ ਤੁਸੀਂ ਫਿਕਰ ਨਾ ਕਰੋ। ਤੁਸੀਂ ਆਏ ਕਿੱਥੋਂ ਹੋ? ਫਾਈਲ ਦੇਖ ਦੇ ਦੇਖ ਦੇ ਉਸ ਅਫਸਰ ਨੇ ਪੁੱਛਿਆ। ਪੁੱਤ ਮੈਂ ਤਾਂ ਫਿਰੋਜ਼ਪੁਰ ਏਰੀਏ ਤੋਂ ਹਾਂ। ਪਿੰਡੋਂ ਸਿੱਧੇ ਇੱਥੇ ਆਉਣ 'ਚ ਤਾਂ 5 ਘੰਟੇ ਲੱਗ ਜਾਂਦੇ ਨੇ। ਜਰਨੈਲ ਸਿੰਘ ਨੇ ਦਿਲ ਜਿਹਾ ਹੌਲਾ ਕਰਦੇ ਨੇ ਦੱਸਿਆ। ਅਫਸਰ ਨੇ ਆਪਣੇ ਮੇਜ਼ ਤੇ ਪਈ ਘੰਟੀ ਵਜਾਈ ਤੇ ਆਪਣੇ ਚਪੜਾਸੀ ਨੂੰ ਅੰਦਰ ਸੱਦਿਆ ਤੇ ਉਸ ਨੂੰ ਜਰਨੈਲ ਸਿੰਘ ਵਾਸਤੇ ਸ਼ਰਬਤ ਲੈ ਕੇ ਆਉਣ ਲਈ ਕਿਹਾ ਜਰਨੈਲ ਸਿੰਘ ਹੈਰਾਨ ਸੀ ਕਿ ਇਹ ਕਿਵੇਂ ਹੋ ਗਿਆ ਉਸ ਦੀ ਹਿੰਮਤ ਨਹੀਂ ਸੀ ਪੈ ਰਹੀ ਐਡੇ ਅਫਸਰ ਦੇ ਦਫ਼ਤਰ 'ਚ ਬੈਠ ਕੇ ਸ਼ਰਬਤ ਪੀਣ ਦੀ ਇੱਕ ਮਿੰਟ ਅੰਦਰ ਹੀ ਚਪੜਾਸੀ ਸ਼ਰਬਤ ਦਾ ਭਰਿਆ ਗਲਾਸ ਲੈ ਆਇਆ ਤੇ ਜਰਨੈਲ ਸਿੰਘ ਅੱਗੇ ਕਰ ਦਿੱਤਾ ਜਨੈਲ ਸਿੰਘ ਨੇ ਸੰਗਦੇਜ ਇਹ ਗਲਾਸ ਚੁੱਕਿਆ ਤੇ ਇੱਕੋ ਢੀਕ ਸਾਰਾ ਗਲਾਸ ਖਿੱਚ ਗਿਆ ਉਸ ਲਈ ਤਾਂ ਇਹ ਸ਼ਰਬਤ ਦਾ ਗਲਾਸ ਸਾਲਾਂ ਦੇ ਸੋਕੇ ਬਾਦ ਪਏ ਪਹਿਲੇ ਮੀ ਵਰਗਾ ਸੀ ਅਫਸਰ ਨੇ ਪੁੱਛਿਆ ਬਾਪੂ ਜੀ ਹੋਰ ਸ਼ਰਬਤ ਲਵੋਗੇ ਮਾਨਤਾ ਬਹੁਤ ਸੀ ਜਨੈਲ ਸਿੰਘ ਦਾ ਪਰ ਫਿਰ ਇਹ ਸੋਚ ਕੇ ਨਾ ਹੀ ਬੋਲ ਗਿਆ ਕਿ ਕਿਤੇ ਅਫਸਰ ਬੁਰਾ ਹੀ ਨਾ ਮੰਨ ਜੇ ਕਿ ਸਾਡੇ ਤੋਂ ਹੀ ਸੇਵਾ ਕਰਾਈ ਜਾਂਦਾ ਹੈ ਉਸ ਅਫਸਰ ਨੇ ਸਾਰੇ ਦਸਤਖਤ ਕਰਕੇ ਫਾਈਲ ਜਰਨੈਲ ਸਿੰਘ ਨੂੰ ਫੜਾ ਦਿੱਤੀ ਤੇ ਕਿਹਾ ਬਾਪੂ ਜੀ ਹੁਣ ਆਪਰੇਸ਼ਨ ਹੋ ਜਾਉ ਹੁਣ ਕੋਈ ਅੜਿਕਾ ਨਹੀਂ ਲੱਗਣਾ ਮੈਂ ਸਾਰੇ ਸਾਈਨ ਕਰ ਦਿੱਤੇ ਨੇ ਜਰਨੈਲ ਸਿੰਘ ਨੂੰ ਤਾਂ ਯਕੀਨ ਹੀ ਨਹੀਂ ਸੀ ਹੋ ਰਿਹਾ ਕਿ ਕੋਈ ਅਜੀਹਾ ਅਫਸਰ ਵੀ ਹੋ ਸਕਦਾ ਹੈ ਜਿਸ ਨੇ ਸ਼ਰਬਦਵੀ ਭਲਾਈ ਤੇ ਵੱਡੀ ਵੀ ਨਹੀਂ ਮੰਗੀ ਜਰਨੈਲ ਸਿੰਘ ਨੇ ਦੋਵੇਂ ਹੱਥ ਜੋੜ ਕੇ ਉਸ ਅਫਸਰ ਨੂੰ ਧੰਨਵਾਦ ਕਿਹਾ ਤੇ ਅੱਖਾਂ ਪਰਦੇ ਨੇ ਅਨੇਕਾਂ ਦੁਆਵਾਂ ਦੇ ਦਿੱਤੀਆਂ ਦੁਆਵਾਂ ਦਿੰਦਾ ਦਿੰਦਾ ਦਫ਼ਤਰੋਂ ਬਾਹਰ ਆ ਗਿਆ ਬਾਹਰ ਨਿਕਲਦਿਆਂ ਸਾਰ ਹੀ ਉਸ ਦੀ ਨਜ਼ਰ ਮੇਜ਼ ਤੇ ਰੱਖੇ ਵਾਟਰ ਕੁਲਰ ਤੇ ਪਈ ਉਸ ਨੇ ਵਾਟਰ ਕੁਲਰ ਉਪਰੋਂ ਗਲਾਸ ਚੁੱਕਿਆ ਤੇ ਜਿਉਂ ਹੀ ਟੂਟੀ ਛੱਡੀ ਤਾਂ ਦੇਖਿਆ ਉਸ ਵਿੱਚੋਂ ਵੀ ਰੂਹਫਜਾ ਵਾਲਾ ਪਾਣੀ ਨਿਕਲਿਆ ਜਿਸ ਤਰ੍ਹਾਂ ਦਾ ਪਾਣੀ ਅਕਸਰ ਛਬੀਲਾਂ 'ਚ ਵਰਤਾਇਆ ਜਾਂਦਾ ਹੈ ਮੈਨੂੰ ਪਤਾ ਹੈ ਤੂੰ ਕੀ ਸੋਚ ਰਿਹਾ ਹੋਵੇਗਾ ਆ ਕੀ ਹੋਈ ਜਾਂਦਾ ਹੈ ਜਿਹੜਾ ਪਹਿਲੀ ਵਾਰ ਆਉਂਦਾ ਹੈ ਉਹ ਤੇਰੇ ਵਾਂਗੂ ਹੀ ਹੈਰਾਨ ਹੁੰਦਾ ਹੈ ਸਾਡੇ ਸਾਭ ਜੀ ਬਹੁਤ ਦੇ ਆਲੂ ਤੇ ਰੱਜੀ ਸੋਚ ਦੇ ਮਾਲਕ ਨੇ ਗਰਮੀਆਂ ਚ ਸ਼ਰਬਤ ਅਤੇ ਸਿਆਲਾਂ ਚ ਚਾਹ ਦਾ ਲੰਗਰ ਲਾਈ ਰੱਖਦੇ ਨੇ ਕਿਉਂਕਿ ਉਹ ਕਹਿੰਦੇ ਇੱਥੇ ਫਾਇਲਾਂ ਨਾਲ ਮੱਥਾ ਮਾਰਦਾ ਕਿਸਮਤ ਦਾ ਤੱਕਿਆ ਹੀ ਆਉਂਦਾ ਹੈ ਤੇ ਨਾਲੇ ਜੇ ਦਸਵੰਦ ਕਿਸੇ ਕਿਸਮਤ ਮਾਰੇ ਦੀ ਭੁੱਖ ਮਿਟਾਉਣ ਚ ਲੱਗੇ ਤਾਂ ਇਸ ਤੋਂ ਵਧੀਆ ਕੀ ਹੋਵੇਗਾ ਵਾਟਰ ਕੋਲਰ ਦੇ ਨੇੜੇ ਹੀ ਸਟੂਲ ਤੇ ਬੈਠਾ ਚਪੜਾਸੀ ਬੋਲਿਆ ਵਾਹ ਓਏ ਮੇਰਿਆ ਮਾਲਕਾ ਮੇਰਾ ਤਾਂ ਤੇਰੇ ਤੇ ਯਕੀਨ ਜਿਹਾ ਉੱਠਦਾ ਜਾਂਦਾ ਸੀ ਅੱਜ ਤਾਂ ਤੂੰ ਆਪ ਬੰਦੇ ਦੇ ਰੂਪ ਚ ਮਿਲਣ ਆ ਗਿਆ ਮੇਰ ਰਖੀ ਅਜਹੀਆਂ ਰੂਹਾਂ ਤੇ ਜੋ ਸੇਵਾ ਭਾਵ ਨਾਲ ਭਰੀਆਂ ਤੇ ਦੂਜਿਆਂ ਦੀ ਮਜਬੂਰੀ ਚ ਮੁਨਾਫਾ ਨਹੀਂ ਦੇਖਦੀਆਂ ਜਰਨੈਲ ਸਿੰਘ ਦੋਵੇਂ ਹੱਥ ਜੋੜ ਕੇ ਉੱਪਰ ਵੱਲ ਤੱਕਦਾ ਹੋਇਆ ਬੋਲਿਆ ਹੁਣ ਜਰਨੈਲ ਸਿੰਘ ਨੇ ਵਾਪਸੀ ਵਾਲੀ ਬੱਸ ਫੜੀ ਤੇ ਜਦ ਉਹ ਪਿਛਲੇ ਅੱਡੇ ਤੇ ਪਹੁੰਚਿਆ ਜਿੱਥੇ ਆਉਂਦੇ ਹੋਏ ਉਸਨੇ ਗੰਨੇ ਦੇ ਜੂਸ ਦੀ ਰੇੜੀ ਦੇਖੀ ਸੀ ਤਾਂ ਜੂਸ ਵਾਲੇ ਤੋਂ ਦੋ ਗਲਾਸ ਜੂਸ ਤੇ ਲਏ ਤੇ ਥੋੜੀ ਦੂਰ ਸਫਾਈ ਕਰਦੇ ਮੁੰਡਿਆਂ ਨੂੰ ਜੂਸ ਪਿਲਾਇਆ ਜੂਸ ਪਿਲਾ ਉਹ ਪਿੰਡ ਵਾਲੀ ਬੱਸ ਵਿੱਚ ਆ ਬੈਠਾ ਪਰ ਉਸ ਦਾ ਦਿਲ ਤੇ ਦਿਮਾਗ ਅਜੇ ਵੀ ਉਸ ਅਫਸਰ ਦੇ ਦਫ਼ਤਰ ਵਿੱਚ ਸੀ ਉਸ ਦੇ ਚਿਹਰੇ ਤੇ ਹੁਣ ਵੱਖਰਾ ਹੀ ਸਕੂਨ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ